ਪਿੰਡ ਆ ਉੱਥੇ ਦੀਆਂ ਲਾਈਵ ਤਸਵੀਰਾਂ ਨੇ, ਲਾਈਵ ਤਸਵੀਰਾਂ ਦੇ ਨਾਲ ਤੁਸੀਂ ਜੁੜੇ ਹੋ ਜਿੰਨੇ ਵੀ ਦਰਸ਼ਕ ਜੁੜੇ ਆ। ਇਸ ਵਾਰੀ ਫਿਰ ਦੱਸਣਾ ਚਾਹੁੰਦਾ ਕਿ ਇੰਟਰਸਟੇਟ ਜਿਹੜੇ ਇਲਾਕੇ ਆ ਉਹ ਪੰਜਾਬ ਪੁਲਿਸ ਵੱਲੋਂ ਹਿਮਾਚਲ ਪੁਲਿਸ ਦੇ ਸਹਿਯੋਗ ਨਾਲ ਇੱਥੇ ਜਿਹੜੇ ਪਿੰਡ ਮੋੜਾ ਵਿਖੇ ਜਿਹੜਾ ਪੰਜਾਬ ਦਾ ਸਰਹੱਦੀ ਪਿੰਡ ਹੈ ਜੇ ਆਪਾਂ ਕਹਿ SSP ਨਜ਼ਰ ਜਿਹੜੀ ਆ ਉੱਥੀ ਜਾ ਰਹੀ ਆ, ਔਰ ਜੀ ਅੱਜ ਓਪਰੇਸ਼ਨ C5 ਚੱਲ ਰਿਹਾ ਹੈਗਾ ਮਾਨਯੋਗ DGP ਸਾਹਿਬ ਦੇ ਹੁਕਮ ਅਨੁਸਾਰ, ਉਹਨਾਂ ਦੀਆਂ ਹਦਾਇਤਾਂ 'ਤੇ ਓਪਰੇਸ਼ਨ C5। ਇਹਦੇ ਵਿੱਚ ਇੰਟਰਸਟੇਟ ਜੁਆਇੰਟ ਨਾਕਾ ਲੱਗਦਾ ਸਾਡੇ ਨਾਲ, ਹਿਮਾਚਲ ਪ੍ਰਦੇਸ਼ ਪੁਲਿਸ ਦੇ ਵੀ ਹੈਗੇ ਆ ਸਵਾਰਘਾਟ ਥਾਣੇ ਤੋਂ ਆਏ ਹੋਏ ਨੇ ਮੁਲਾਜ਼ਮ, ਅਡੀਸ਼ਨਲ SHO ਸਾਹਿਬ ਅਤੇ ਸਾਡੇ, ਅਸੀਂ ਜੁਆਇੰਟ ਕਰ ਰਹੇ ਹੈਗੇ ਹਾਂ। ਮੇਨ ਪਰਪਸ ਕੋਈ ਵੀ ਐਂਟੀ ਸੋਸ਼ਲ ਐਲੀਮੈਂਟ ਨੂੰ ਚੈੱਕ ਕਰਨਾ, ਇਲਿਸਿਟ ਲਿਕਰ ਡਰੱਗਸ ਇਹ ਸਾਰਿਆਂ ਦੀ ਚੈਕਿੰਗ ਅਸੀਂ ਕਰ ਰਹੇ ਹਾਂ। ਸਵੇਰੇ 8 ਵਜੇ ਓਪਰੇਸ਼ਨ ਸ਼ੁਰੂ ਹੋਇਆ ਸੀ, 8 ਤੋਂ ਲੈ ਕੇ 2 ਵਜੇ ਤੱਕ ਇਹ ਓਪਰੇਸ਼ਨ ਚੱਲਣਾ ਹੈਗਾ। ਸਾਡਾ ਜੀ ਸਟਰੈਂਥਨ ਹੈਗਾ ਦੋਨੋਂ ਹਿਮਾਚਲ ਅਤੇ ਸਾਡੇ ਮਿਲਾ ਕੇ 15 ਤੋਂ 18 ਮੁਲਾਜ਼ਮ ਹੈਗੇ ਆ, ਅਤੇ ਜਿੱਥੇ ਲੋੜ ਹੈਗੀ ਆ ਉੱਥੇ ਅਸੀਂ ARP ਵੀ ਯੂਜ਼ ਕੀਤੀ ਹੈਗੀ ਆ। ਅਤੇ SH ਜਿਹੜੀ ਵੀ ਇਹਦੀ ਪ੍ਰਾਪਤੀ ਹੋਊਗੀ ਤੁਹਾਨੂੰ ਅਸੀਂ 2 ਵਜੇ ਦੱਸਾਂਗੇ ਅਤੇ 2 ਵਜੇ ਵਿੱਚ ਹੋਊਗਾ। ਇਹ ਸਪੈਸ਼ਲੀ ਜਿੱਦਾਂ ਜਿੱਦਾਂ ਸਾਨੂੰ ਇੰਸਟਰਕਸ਼ਨ ਆਉਂਦੀਆਂ ਰਹਿੰਦੀਆਂ ਹਦਾਇਤਾਂ ਮਾਨਯੋਗ DGP ਆਫਿਸ ਤੋਂ, ਅਤੇ ਜਿੱਦਾਂ ਵੀ ਉਸ ਹਿਸਾਬ ਦੇ ਨਾਲ ਸਾਡੇ ਚੱਲਦੇ ਰਹਿੰਦੇ ਜੀ। ਇਹ ਸਰ ਆਉਣ ਵਾਲੇ ਦਿਨਾਂ 'ਚ ਵੀ ਹੋਊਗਾ ਇਸ ਤਰ੍ਹਾਂ? ਹਾਂ ਬਿਲਕੁਲ ਜੀ, ਆਉਣ ਵਾਲੇ ਦਿਨਾਂ 'ਚ ਵੀ ਚੱਲਦਾ ਰਹੇਗਾ।